ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਖੱਤਰੀਆਂ ਦੇ ਰਹਿਣ ਵਾਲੇ ਰਾਜਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਨੂੰ ਅੱਜ ਸਵੇਰੇ 8 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਸੰਬੰਧੀ ਨਿਊਜ਼ ਟਾਈਮ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਿਸਤੌਲ ਤੋਂ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਿੱਤੇ ਗਏ ਹਨ। ਉਹਨਾਂ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ ਵੇਲੇ CCTV ਵੀ ਪੁੱਟ ਕੇ ਲੈ ਗਏ। ਉਹਨਾਂ ਇਹ ਵੀ ਦੱਸਿਆ ਕਿ ਮ੍ਰਿਤਕ ਪਤਨੀ ਪਤਨੀ ਦੇ ਘਰ ਲੰਬੇ ਸਮੇਂ ਤੋਂ ਔਲਾਦ ਨਹੀਂ ਸੀ ਅਤੇ ਹੁਣ ਪ੍ਰਭਦੀਪ ਕੌਰ ਗਰਭਵਤੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸੁਖਚੈਨ ਸਿੰਘ, ਨਿਊਜ਼ ਟਾਈਮ ਪੰਜਾਬ, ਫਿਰੋਜ਼ਪੁਰ। ਸਾਰੇ ਸਟੋਰੀ ਜਾ ਰਹੀ ਹੈ ਕਿ ਇਹ ਤੇਰਾ ਮਰਦਰ। ਦੇਖੋ ਅਸੀਂ ਇਸ ਪ੍ਰੀਲਿਮਿਨਰੀ ਸਟੇਜ ਅਸੀਂ ਕਿਸੇ ਵੀ ਇਸ ਚੀਜ਼ ਬਾਰੇ ਜੇ ਕਮੈਂਟ ਨਹੀਂ ਕਰ ਸਕਦੇ। ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਫਰਦਰ ਜੋ ਵੀ ਕੋਈ ਇਹਦੀ ਕੁਛ ਆਊਟਕਮ ਨਿਕਲੂ। ਠੀਕ, ਥੈਂਕ ਯੂ ਸਰ। ਓਕੇ, ਹਾਂਜੀ ਭਾਅ ਜੀ, ਕਿੰਨੇ ਵਜੇ ਦੀ ਇਹ ਮਾਮਲਾ ਹੈਗਾ? ਕਿੰਨੇ ਵਜੇ ਦੀ ਗੱਲ? 6 ਵਜੇ ਮੈਂ ਆਇਆ ਦੁੱਧ ਲੈ ਕੇ। ਅੱਛਾ, 6 ਵਜੇ ਆ ਕੇ ਤਾਂ ਮੈਂ ਉਹ ਦੁੱਧ ਮਨੇ ਤਾਤਾ ਕਰਕੇ, ਚਾਚੀ ਬਾਹਰ ਪਿਆ ਸੀ ਮੰਜੇ 'ਤੇ ਉਹ ਬਰਾਂਡਾ 'ਚ, ਅਤੇ ਮੁੜ ਕੇ ਫਿਰ ਮੈਂ ਦੁੱਧ ਤੱਤਾ ਕਰਕੇ ਅਤੇ ਮੁੜ ਕੇ ਮੈਂ ਬਾਹਰ ਨਿਕਲ ਆਇਆ। ਚਾਚੀ ਕਹਿੰਦਾ ਮੇਰਾ ਲਾਤਾ ਗੋਡਾ ਨਾਪ ਕੇ ਜਾ, ਮੇਰਾ ਬਾੜਾ ਪੀੜ ਪਈ ਜਾਂਦਾ। ਮੈਂ ਬੋਲਾ ਚੱਲ ਠੀਕ ਆ, ਮੈਂ ਇਹਦਾ ਲਾਤਾ ਨਾਪਿਆ, ਗੋਡਾ ਨਾਪਿਆ। ਮੁੜ ਕੇ ਕਹਿੰਦਾ ਮੈਨੂੰ ਲੈਟਰਿੰਗ ਬਾਥਰੂਮ ਕਰਾ ਕੇ ਜਾ, ਅੱਜ ਤੁਰਿਆ ਹੀ ਨਹੀਂ ਜਾਂਦਾ ਸੀ ਇਹਦਾ। ਅਤੇ ਮੁੜ ਕੇ ਮੈਂ ਇਹਨੂੰ ਲੈਟਰਿੰਗ 'ਚ ਫੜ ਕੇ ਲੈ ਕੇ ਗਿਆ, ਲੈਟਰਿੰਗ ਕਰਾਇਆ, ਫਿਰ ਇਹਨੂੰ ਫੜ ਕੇ ਬਾਹਰ ਕੱਟਿਆ ਮੰਜੇ ਬੈੱਡ 'ਤੇ ਮੈਂ ਪਾ ਕੇ ਗਿਆ। ਮੁੜ ਕੇ ਮੈਂ ਘਰ ਜਾ ਕੇ ਆਪਦਾ ਕੂੜਾ ਸੁੱਟਣ ਲੱਗ ਗਏ ਅਤੇ ਕੂੜਾ ਸੁੱਟ ਕੇ ਤਾਂ ਉਦੋਂ 7 ਵਜ ਗਿਆ ਅਤੇ ਮੁੜ ਕੇ ਮੈਨੂੰ ਫੋਨ ਲਾਇਆ ਅਤੇ ਮੈਂ ਆਖਿਆ ਚਾਚੀ ਕੀ ਗੱਲ ਆ? ਅਤੇ ਕਹਿੰਦਾ ਮਾੜਾ ਜਿਹਾ ਘਰ ਹੋ ਕੇ ਜਾਈ। ਮੈਂ ਆ ਗਿਆ ਅਤੇ ਉਹ ਬਾਈ ਜੀ ਮੇਰੇ ਆਉਂਦੇ ਤੱਕ ਉਹ ਫਰਿੱਜ ਦਾ ਸ਼ੀਸ਼ਾ ਨਹੀਂ ਹੁੰਦਾ, ਉਹ ਕੱਟ ਕੇ ਧੋਈ ਜਾਂਦਾ ਸੀ ਅਤੇ ਚੀਬੜ ਪਿਆ, ਗੰਡੇ ਲੇਸਨ ਸਾਰੇ ਕੁਛ ਪਿਆ ਸੀ ਲੇਪਟੇ। ਉਹ ਕਹਿੰਦਾ ਚਟਨੀ ਕੁੱਟ ਕੇ ਜਾ, ਤੇਰਾ ਚਾਚਾ ਮੈਨੂੰ ਰੋਜ਼ ਕਹਿੰਦਾ। ਅਤੇ ਮੈਂ ਚਟਨੀ ਕੁੱਟਣ ਵਾਸਤੇ ਮੈਂ ਉਹ ਕੁੰਡਾ ਜਿਹਾ ਫੜਿਆ ਅਤੇ ਚਾਚਾ ਉਧਰੋਂ ਤਿਆਰ ਹੋ ਕੇ ਤਾਂ ਬਾਹਰ ਨਿਕਲ ਆਇਆ। ਕਹਿੰਦਾ ਅਜੇ ਚਟਨੀ ਕੁੱਟਣ ਨੂੰ ਰਜਨੀ ਰਹਿਣ ਦੇ, ਅਜੇ ਮੈਂ ਜਾਣਾ, ਕਿਸੇ ਨੇ ਮੈਨੂੰ ਫੋਨ ਲਾਇਆ ਸੀ ਅਤੇ ਆ ਕੇ ਅਸੀਂ ਮੰਡੀ ਦਵਾਈ ਲੈਣ ਜਾਣਾ ਮੌਕੇ। ਅਤੇ ਮੈਂ ਆਖਿਆ ਚੱਲ ਚੰਗਾ ਫਿਰ। ਅਤੇ ਮੈਂ ਜਦੋਂ ਨਿਕਲਣ ਲੱਗਾ, ਚਾਚਾ ਕਹਿੰਦਾ ਤੂੰ ਰੋਜ਼ ਕਹਿੰਦਾ ਮੰਡੀ ਜਾਣਾ, ਮੰਡੀ ਜਾਣਾ, ਤਾਂ 1000 ਰੁਪਇਆ ਪੈਸਾ ਫੜ ਲਾ ਤਾਂ ਤੂੰ ਜਾ ਬੜੀ ਮੰਡੀ, ਅਸੀਂ ਜਾਣਾ ਇਹ ਮੋਗੇ ਦਵਾਈ ਦਵਾਨ ਤੇਰਾ ਚਾਚੀ ਨੂੰ, ਅਤੇ ਨਿੱਕੇ ਬਾਹਰ ਖੁੱਲ੍ਹਾ ਹੋਊਗੀ ਅਤੇ ਜਦੋਂ ਤੂੰ ਗੋਰ ਮਨਕਾ ਕੂੜਾ ਸੁੱਟ ਕੇ ਆ ਕੇ ਤਾਂ ਬਾਰ ਬਾਰ ਤੂੰ ਝਾੜੂ ਲਾ ਦੇ, ਅਤੇ ਝਾੜੂ ਲਾਇਆ ਕਾ ਬਾਅਦ 'ਚ ਤੂੰ ਜਾ ਬੜੀ ਮੰਡੀ, ਤੈਨੂੰ ਅਸੀਂ ਜਦੋਂ ਆਉਣਾ ਉਹਦਾ ਤੂੰ ਫੋਨ ਲਾ ਦੇਣਾ ਮੈਂ, ਤਾਂ ਤੂੰ ਆ ਕੇ ਝਾੜੂ ਪੋਚਾ ਅੰਦਰੋਂ ਤੂੰ ਪਾਰ ਲਈ। ਬਸ ਇੰਨੇ ਕੁ ਗੱਲ ਦੇਖਿਆ। ਜਦੋਂ ਮੈਂ ਮਗਰੋਂ ਉਹਨਾਂ ਦਾ ਘਰ ਮੈਂ ਕੰਮ ਕਰਕੇ ਆ ਕੇ ਰੋਟੀ ਖਾ ਕੇ ਮੈਂ ਆਖਾਂ ਮੈਂ ਛੇਤੀ ਛੇਤੀ ਜਾ ਕੇ ਮੈਂ ਇਹ 4 ਸਵੇਰੇ ਬਰਾਂਡਾ 'ਚ ਮੈਂ ਬੋਕਰ ਲਾ ਕੇ ਆਊਂ ਝਾੜੂ ਲਾ ਕੇ। ਜਦੋਂ ਮੈਂ ਆਇਆ ਤਾਂ ਅਖਬਾਰ ਇੱਥੇ ਸੁੱਟਿਆ ਸੀ, ਪਰੇ ਸੀ ਕੁਰਸੀ ਧੋਤਾ ਸੀਗਾ, ਉਹ ਮੈਂ ਇਕੱਠੀ ਕਰਕੇ ਬਰਾਂਡਾ 'ਚ ਰੱਖਤਾ। ਬਰਾਂਡਾ 'ਚ ਰੱਖ ਕੇ ਤਾਂ ਮੈਂ ਆਈ ਨੂੰ ਦੇਖਿਆ ਅਤੇ ਬੂਆ ਉਹ ਅੰਦਰ ਵਾਲਾ ਲੱਕੜ ਦਾ ਗੇਟ ਲੱਗਾ ਨਹੀਂ ਸੀ, ਜਾਲੀ ਭਿੜਿਆ ਸੀ। ਅਤੇ ਜਦੋਂ ਮੈਂ ਜਾਲੀ ਮੈਂ ਆਖਿਆ ਇਹਨਾਂ ਨੇ ਆਹ ਦਵਾਈ ਲੈਣ ਜਾਣਾ ਸੀ, ਇਹਨਾਂ ਨੇ ਗਏ ਨਹੀਂ ਦਵਾਈ ਲੈਣ, ਅਤੇ ਮੈਂ ਬੂਆ ਖੋਲੋ, ਮੈਂ ਬੂਆ ਖੋਲ ਕੇ ਜਦੋਂ ਅੰਦਰ ਗਿਆ ਇੱਕ ਪੁਰੇ ਪਿਆ
ਇਹ ਕੋਰੇ ਪਿਆ। ਮੈਂ ਤਾਂ ਉੱਥੇ ਮੈਂ ਦੇਖ ਕੇ ਅਤੇ ਮੈਂ ਡਿੱਗ ਪਿਆ, ਅੰਦਰ ਹੀ ਡਿੱਗ ਪਿਆ ਜਿੱਥੇ ਟੁੱਟੀ ਲੱਗ ਗਿਆ ਅੰਦਰ, ਉੱਥੇ ਮੈਂ ਡਿੱਗ ਪਿਆ। ਮੈਂ ਮਸਾਂ ਉੱਠ ਕੇ ਅਤੇ ਮੈਂ ਬੂਹਾ ਮੇਰਾ ਚੱਪਲੀ ਰੱਖਿਆ ਸੀ, ਉਹ ਵੀ ਮੈਥੋਂ ਨਹੀਂ ਪਾਏ ਕਹਿੰਦੇ, ਮੈਂ ਆਈ ਮੈਂ ਭੱਜ ਕੇ ਤਾਂ ਇੰਨਾ ਗੰਦਾ ਘਰੇ ਵੜਿਆ। ਜੋ ਤੁਸੀਂ ਘਰੇ ਆਏ ਮਤਲਬ ਤੁਹਾਨੂੰ ਕੋਈ ਆਵਾਜ਼ ਬੂਝ ਕੋਈ ਨਹੀਂ? ਕੁਛ ਨਹੀਂ ਸੁਣਿਆ ਮੈਂ। ਜੋ ਤੁਸੀਂ ਪਹੁੰਚੇ ਇੱਥੇ ਤੜਫਦੇ ਤੜਫਦੇ ਸੀ? ਨਹੀਂ, ਉਹ ਪਹਿਲਾਂ ਉੱਠ ਗਿਆ ਸੀ, ਇਹ ਕੰਮ ਕਰਕੇ ਪਹਿਲਾਂ ਉੱਠ ਗਿਆ ਸੀ। ਮਾੜਾ ਮਾੜਾ ਚਾਚੇ ਦਾ ਮੂੰਹ ਚ ਲਹੂ ਨਿਕਲੀ ਜਾਂਦਾ ਸੀਗਾ। ਚਲੋ ਤੁਸੀਂ ਆਏ। ਹਾਂ, ਤੇ ਜਦੋਂ ਮੈਂ ਆ ਕੇ ਇਹਨਾਂ ਦਾ ਘਰੇ ਭੱਜ ਕੇ ਗਿਆ ਤੇ ਇਹਨਾਂ ਦਾ ਸਰਦਾਰ ਪੁੱਛੂ ਨੂੰ ਆਈ ਜਾਂਦਾ ਸੀ ਉਦੋਂ, ਤੇ ਉਹ ਉਹਰੇ ਨੂੰ ਆ ਗਿਆ। ਮੈਨੂੰ ਕਹਿੰਦਾ ਕੀ ਗੱਲ ਕੀ ਗੱਲ, ਇਹਦਾ ਘਰ ਵਾਲਾ ਬੋਲਦਾ ਨੀ। ਮੈਂ ਆਖਾ ਦੋ ਇਹੋ ਜਿਹਾ ਹੱਥ ਕੀਤਾ, ਦੋ ਸੀ ਇਹਨਾਂ ਦਾ ਘਰੇ ਚਾਚੇ ਕੇ ਤਾਂ ਹੀ ਹੋ ਗਿਆ ਦੋਨੋਂ। ਤੇ ਮੈਂ ਮੁੜ ਕੇ ਭੱਜ ਕੇ ਇਹਨਾਂ ਦਾ ਘਰੇ ਵੜ ਗਿਆ ਉਰਲੇ ਘਰੇ। ਮੈਂ ਆਖਾ ਕਮਲਦੀਪ ਬੇ, ਕਮਲਦੀਪ ਬੇ, ਹਾਏ ਕਮਲਦੀਪ, ਉਹਦਾ ਮੈਂ ਭੱਜ ਕੇ ਆਇਆ। ਕਹਿੰਦਾ ਰਜਨੀ ਕੀ ਗੱਲ, ਰਜਨੀ ਕੀ ਗੱਲ। ਮੈਂ ਆਖਾ ਚਾਚਾ ਚਾਚੀ ਨੂੰ ਦੋਨੋਂ ਨੂੰ ਮਾਰ ਕੇ ਕਿਸੇ ਨੇ ਭੱਜ ਗਿਆ, ਘਰੇ ਜਾ ਕੇ ਦੇਖ ਲਓ। ਮੈਂ ਫਿਰ ਮੁੜ ਕੇ ਕਮਲੇ ਸਮਨਕਾ ਘਰੇ ਭੱਜ ਗਿਆ ਫੌਜੀ ਕੇ। ਉਹਦਾ ਵਹੁਟੀ ਨੇ ਰੋਟੀ ਲਈ ਜਾਂਦਾ ਸੀ, ਉਹਦਾ ਮੈਂ ਬਾਂਹ ਫੜ ਕੇ ਤਾਂ ਮੈਂ ਲੈ ਆਇਆ। ਕੀ ਪਤਾ ਉਹ ਗੈਸ ਬੰਦ ਕੀਤਾ ਸੀ ਨਹੀਂ ਕੀਤਾ ਸੀ, ਇਹ ਮੈਨੂੰ ਨਹੀਂ ਪਤਾ। ਉੱਥੋਂ ਮੈਂ ਰੋਣ ਮੈਂ ਚੁੱਪ ਕਰਕੇ ਤਾਂ ਮੈਂ ਫੌਜੀ ਨੂੰ ਸੱਦ ਕੇ ਲਿਆਇਆ ਉਹ ਹੱਟੀ 'ਤੇ, ਅਤੇ ਉਹਨੂੰ ਸੱਦ ਕੇ ਲਿਆ ਕੇ ਮੈਂ ਘਰ ਨੂੰ ਕਲਤਾ। ਅਤੇ ਮੈਂ ਆ ਕੇ ਜਿਵੇਂ ਮੈਂ ਬੂਹੇ ਮੇਰੇ ਫਿਰ ਮੈਂ ਬੈਠਾ, ਮੇਰਾ ਵਾਲੇਟ ਬੜ ਘੱਟ ਗਿਆ। ਬਸ ਇੰਨਾ ਕੰਮ ਦੇਖਿਆ ਮੈਂ। ਜਿਹੜਾ ਨਾ ਫੋਨ ਬਾਰੇ ਤੁਹਾਨੂੰ ਦੱਸਿਆ, ਫੋਨ ਕੀ ਕਹਿੰਦੇ ਸੀ, ਫੋਨ ਕਿਸੇ ਕਾਹਦਾ ਕਹਿੰਦਾ ਕਹਿੰਦੇ ਸੀ ਫੋਨ ਆਇਆ ਸਾਨੂੰ? ਫੋਨ ਮੈਨੂੰ ਚਾਚੀ ਨੇ ਸੱਦਿਆ ਸੀ ਕਿ ਆ ਕੇ ਚਟਨੀ ਕੁੱਟ ਕੇ ਜਾ। ਤੁਹਾਨੂੰ ਭਾਜੀ ਕਹਿੰਦੇ ਸੀ ਨਾ ਮੈਨੂੰ ਕਿਸੇ ਦਾ ਫੋਨ ਆਇਆ, ਮੈਨੂੰ ਉੱਧਰ ਜਾਣਾ ਪੈਣਾ ਪਹਿਲਾਂ, ਫਿਰ ਚਟਨੀ ਕੁੱਟਿਆ? ਇਹ ਦੱਸਿਆ ਨਹੀਂ ਸਾਨੂੰ ਮੈਨੂੰ ਦੱਸਿਆ ਨਹੀਂ। ਹਾਂ, ਉਹ ਤਾਂ ਹੁਣ ਬੂਟੇ ਚਾਚਾ ਨੇ ਕਹੀ ਜਾਂਦਾ, ਫੋਨ ਮੈਂ ਲਾ ਸੀ ਉਹ ਬਾਬਾ ਛਤਰਪਾਲ ਇੱਥੇ ਬੰਦ ਨਹੀਂ, ਅਤੇ ਉਹਦਾ ਸਮਾਨ ਸਮੂਨ ਸਾਰੇ ਇਹਨਾਂ ਦਾ ਇਹ ਕਰਨਾ ਸੀਗਾ, ਅਤੇ ਬੂਟੇ ਨੇ ਕਹਿੰਦਾ ਮੈਂ ਲਾ ਸੀ ਫੋਨ ਤਾਂ ਬਸ। ਥੈਂਕ ਯੂ।